ਲਓ ਬਈ ਅੱਜ ਚੋਬਰ ਮੈਨ ਲਾਇਆ ਬਈ ਚੋਬਰਾ ਕੀ ਨਾਮ ਹੈ ਤੇਰਾ ਯੋਦਮ ਤੇ ਆ ਚੋਬਰ ਵੀ ਬੈਠੇ ਆ ਹੋਰ ਵੀਰੇ ਕੀ ਨਾਮ ਹੈ ਤੇਰਾ ਮੇਰਾ ਭਾਈ ਸੈਮ ਸੈਮ ਹਾਂ ਤੇਰਾ ਵੀਰੇ ਤੇਰਾ ਵੀਰੇ ਤੇਰਾ ਵੀਰੇ ਸਨੀ ਭਾਈ ਕੀ ਬਾਤ ਹੈ ਤੇ ਆ ਭਾਜੀ ਹੁਣਾਂ ਨੂੰ ਤਾਂ ਕੋਈ ਜਾਣਦਾ ਹੀ ਹੈ ਬਜ਼ੁਰਗ ਸਾਹਿਬ ਤੇ ਇਹ ਆ ਕਿੱਥੋਂ ਆਏ ਵੀਰੇ ਨਵੇਂ ਸ਼ਹਿਰ ਤੋਂ ਜਾਂ ਬੰਗਿਆਂ ਤੋਂ ਆਏ ਦੇਖਿਆ ਵਧੀ ਜਾਂਦੇ ਯਾਰ ਵਿਆਹ ਨੂੰ ਵਧੀ ਜਾਂਦੇ ਯਾਰ ਕੀ ਕਹਿੰਦਾ ਕੀ ਕਹਿੰਦਾ ਡਿਜ਼ਾਈਨ ਵਾਲੀ ਪੈਂਟ ਨਹੀਂ ਲਿਆ ਕੇ ਦਿੱਤੀ ਇਹ ਆਪ ਆਏ ਆ ਦੱਸ ਦੱਸਦਾ ਨੀ ਆਪ ਨੀ ਦੱਸਦਾ ਅੱਛਾ ਆਹ ਡਾਕ ਕਹਦਾ ਆ ਕਾਹਦਾ ਦੱਸ ਦੱਸ ਦੇ ਫਿਰ ਤੂੰ ਚਲੋ ਠੀਕ ਹੈ ਬ੍ਰਦਰਸ ਓਕੇ ਵੀਰੇ ਓਕੇ ਭਾਈ ਜੀ ਓਕੇ ਵੀਰੇ ਓਕੇ ਛੋਟੇ ਭਾਈ ਓਕੇ ਛੋਟੇ ਭਾਈ ਚੰਗਾ ਨਾ ਕਰਦਾ ਕੁਰਦਾ ਘੱਟ ਮਾਰਿਆ ਕਰ ਪੈਂਟਾਂ ਤੇ ਚਲੋ ਮਾੜਾ ਸਿਟੀ ਜਾਣਾ ਬਹੁਤ ਜ਼ਰੂਰੀ ਕੰਮ ਆ ਜਿੱਦਾਂ ਕਿ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਏ ਹੋਣੇ ਕੀ ਕੰਮ ਆ ਆਇਓ ਯਾਰ ਜਲਦੀ ਚੱਲੀਏ ਅੱਜ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਦੋ ਚਾਰ ਤੁਹਾਡੇ ਨਾਲ ਜੋ ਕਿ ਮੈਂ ਕਰਨੀਆਂ ਨਹੀਂ ਸੀ ਚਾਹੁੰਦਾ ਮੇਰੀ ਬੋਲਬਾਣੀ ਮੇਰੀ ਬਹੁਤ ਵਧੀਆ ਰਹਿੰਦੀ ਵਲੋਗਾਂ 'ਚ ਠੀਕ ਆ ਬਟ ਅੱਜ ਬੋਲਬਾਣੀ ਮਾੜੀ ਰੁੱਖੀ ਹੋ ਸਕਦੀ ਉਹਦੇ ਲਈ ਸੌਰੀ ਆ ਅਤੇ ਗੱਜੀ ਜੀ ਬੈਲਟ ਲਾ ਲਓ ਪਹਿਲਾਂ ਸਤਿ ਸ਼੍ਰੀ ਅਕਾਲ ਪੰਜਾਬੀ ਹੋ ਬੈਲਟ ਵੀ ਲਾ ਲਓ ਭਰਾਓ ਸਭ ਤੋਂ ਪਹਿਲਾਂ ਦਰਸ਼ਨ ਕਰੋ ਗੁਰੂ ਘਰ ਦੇ ਕਿਉਂਕਿ ਇਹਨਾਂ ਬਿਨਾਂ ਆਪਾਂ ਅਧੂਰੇ ਹਾਂ ਵਾਹਿਗੁਰੂ ਮਿਹਰ ਕਰੇ ਸਤਿ ਸ਼੍ਰੀ ਅਕਾਲ ਪੰਜਾਬੀ ਹੋ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਸ਼ੇਰਗਿੱਲ ਔਰ ਫਾਰਵੀ ਸ਼ੇਰਗਿੱਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ 0300 ਵਾਲੇ ਬਹੁਤ ਸੋਹਣੇ ਕਮੈਂਟ ਕਰਦੇ ਆ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਪਰ ਇੱਕ ਕਮੈਂਟ ਦੋ ਕਮੈਂਟ ਲਾ ਲਓ ਇੱਦਾਂ ਦੇ ਆਉਂਦੇ ਜਿਹੜੇ ਫੈਮਿਲੀ ਦੇ ਬਾਰੇ ਗਲਤ ਬੋਲਦੇ ਆ ਹੈ ਨਾ ਕਮੈਂਟ ਇੱਕ ਵਾਰ ਆਇਆ ਦੋ ਵਾਰ ਆਇਆ ਇੱਕ ਵਾਰ ਤਾਂ ਮੈਂ ਇਗਨੋਰ ਕਰਦਾ ਦੂਜੀ ਵਾਰ ਇਗਨੋਰ ਨਹੀਂ ਕੀਤਾ ਹੈ ਨਾ ਅਤੇ ਬਾਕੀ ਜੋ ਤੀਜੀ ਵਾਰ ਆ ਬੰਦਾ ਵੀ ਲੱਭ ਲਾਂਗੇ ਠੀਕ ਹੈ ਅਤੇ ਬੰਦੇ ਦੇ ਨਾਲ ਨਾਲ ਸਾਰੇ ਛਿੱਲਣੇ ਆ ਚੰਗਾ ਇਹ ਵਾਰਨਿੰਗ ਆ ਠੀਕ ਹੈ ਮੈਨੂੰ ਫੁੱਦੂ ਨਾ ਜਾਣਿਓ ਮੈਂ ਵਲੋਗਿੰਗ ਤਾਂ ਸ਼ੌਂਕ ਜੇ ਨੂੰ ਕਰਦਾ ਨੇ ਮੇਰਾ ਪਿਛਲਾ ਇਤਿਹਾਸ ਪਿੰਡੋਂ ਆ ਕੇ ਜਾਂ ਕਿਤੇ ਲਾਗੇ ਛਾਗੇ ਪਤਾ ਕਰਿਓ ਕੀ ਰਿਹਾ ਆ ਠੀਕ ਹੈ ਕਮੈਂਟਾਂ 'ਚ ਆਪਣੀ ਭੈਣ ਨਾ ਮੰਗੀ ਜਾਇਆ ਕਰੋ ਕਮੈਂਟਾਂ 'ਚ ਭੈਣ ਮੰਗਣੀ ਬੰਦ ਕਰਨੀ ਬੰਦ ਕਰੋ ਗਲਤ ਕਮੈਂਟ ਕਰਕੇ ਜੇ ਬੋਲਣਾ ਆ ਨੰਬਰ ਮੇਰਾ ਹੈਗਾ ਸਾਰੇ ਪਾਸੇ ਕਰਕੇ ਕੋਲ ਪਿਓ ਨੂੰ ਸਿੱਧੀ ਗੱਲ ਕਰ ਲਿਆ ਕਰੋ ਠੀਕ ਹੈ ਅਤੇ ਕੋਈ ਨਾ ਕਰਕੇ ਦੇਖ ਪਿਓ ਨੂੰ ਕਮੈਂਟ ਤੈਨੂੰ ਮੈਂ ਦੱਸੂ ਫਿਰ ਹੁਣ ਤੀਜੀ ਵਾਰ ਕਮੈਂਟ ਗਲਤ ਆਇਆ ਨਾ ਮੈਂ ਕਰੀਏ ਮੇਰੇ ਬਾਰੇ ਗਲਤ ਹੋਊਗਾ ਕੋਈ ਚੱਕਰ ਨਹੀਂ ਜੇ ਫੈਮਿਲੀ ਨੂੰ ਵਿੱਚ ਲਿਆਏ ਨਾ ਫਿਰ ਔਖਾ ਹੋਊਗਾ ਬਹੁਤ ਅਤੇ ਜੇ ਇੰਨੇ ਯੋਗਾ ਆ ਤਾਂ ਸਿੱਧਾ ਤੂੰ ਆਪਣੇ ਪਿਓ ਨੂੰ ਫੋਨ ਕਰ ਹੈਂ ਗੱਲ ਸੁਣ ਜਦੋਂ ਨਾ ਬੰਦੇ ਦੀ ਕਹਿੰਦੇ ਇੱਜ਼ਤ ਆ ਜਾਵੇ ਉਦੋਂ ਬੰਦਾ ਕੁਛ ਨਹੀਂ ਦੇਖਦਾ ਤੈਨੂੰ ਮੈਂ ਸਮਝਾਈ ਜਾਂਦਾ ਜੇ ਕੋਈ ਨਿਆਣਾ ਵਾ ਇੱਦਾਂ ਦੇ ਫੁੱਦੂ ਗੱਲਾਂ ਕਰਦਾ ਆ ਉਹ ਸੁਧਰ ਜਾਵੇ ਠੀਕ ਆ ਨਹੀਂ ਸੁਧਾਰ ਇਹੀ ਲੈਣਾ ਆ ਇੱਕ ਅੱਧੀ ਰਿਪੋਰਟ ਕਰਾ ਕੇ ਪੈਸੇ ਪੂਹੇ ਕਰਕੇ ਐਡਜਸਟਮੈਂਟ ਤੇਰਾ ਐਡਰੈਸ ਤਾਂ ਐਂ ਨਿਕਲੂਗਾ ਨਾ ਸਾਰੇ ਗਲਤ ਕਮੈਂਟ ਕਰਨੇ ਛੱਡ ਦਿਓ ਠੀਕ ਹੈ ਅਤੇ ਬਾਕੀ ਸਾਰੇ ਬਾਕੀ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਅਤੇ ਉਹਨਾਂ ਨੂੰ 3,00,000 ਸਬਸਕ੍ਰਾਈਬਰ ਹੋਇਆਂ 'ਤੇ ਫੋਨ ਗਿਫਟ ਕਰਾਂਗੇ 13 Pro Max ਕਿਉਂਕਿ ਜਿਹਦਾ ਵਾਅਦਾ ਕੀਤਾ ਉਹਦਾ ਵਾਅਦਾ ਹੈਗਾ ਆ ਜਲਦੀ ਤੋਂ ਜਲਦੀ ਕਰਾ ਦਿਓ 2,50,000 ਹੋ ਗਏ ਆ ਹੋ ਚੱਲੇ ਆ ਅਤੇ 3,00,000 ਕਰਾ ਦਿਓ ਯਾਰ ਹੈ ਨਾ ਸੋਹਣੇ ਲੱਗੂਗੇ ਅਤੇ ਅੱਜ ਚੱਲੇ ਹਾਂ ਸਭ ਤੋਂ ਪਹਿਲਾਂ ਯਾਰ ਕਿਉਂਕਿ ਕਹਿੰਦੇ ਆ ਯਾਰ ਯਾਰ ਹੁੰਦੇ ਆ ਠੀਕ ਹੈ ਭਾਵੇਂ ਜਿੰਨੇ ਮਰਜ਼ੀ ਨਿਕੰਮੇ ਕਿਉਂ ਨਾ ਹੋਣ ਅਤੇ ਇਹੀ ਗੱਲ ਮੇਰੇ ਨਾਲ ਹੋਈ ਆ ਅਤੇ ਜਿੱਦਾਂ ਲਾ ਲਓ ਪੈਂਚੂ ਬਾਰੇ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਉਹਨੂੰ ਮੈਂ ਕਹਿੰਦਾ ਰਿਹਾ ਕਿ ਸੁਧਰ ਜਾ ਆਹ ਕੰਮ ਛੱਡ ਦੇ ਸਾਰਾ ਕੁਝ ਛੱਡਿਆ ਹੋਊਗਾ ਕਹਿੰਦਾ ਮੈਂ ਛੱਡਤਾ ਠੀਕ ਹੈ ਮੰਨ ਲੈਂਦੇ ਹਾਂ ਪਰ ਉਹਦੇ ਲੱਤ 'ਤੇ ਜ਼ਖਮ ਜਿਹਾ ਸੀਗਾ ਅੰਦਰ ਅੰਦਰ ਨੂੰ ਚੱਲ ਗਿਆ ਮਤਲਬ ਦਰਦ ਹੁੰਦਾ ਗੋਡਾ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਚੱਲੇ ਹਾਂ ਪੈਂਚੂ
ਜਦੋਂ ਹੁਣ ਬਿਮਾਰ ਹੋਇਆ ਆ ਨਾ ਕੋਈ ਜਿਹੜੇ ਜਿਹਨਾਂ ਨਾਲ ਫਿਰਦਾ ਉਹ ਕੰਮ ਆਇਆ ਠੀਕ ਹੈ ਬਥੇਰਿਆਂ ਬਾਰੇ ਉਹਨੇ ਬਥੇਰਿਆਂ ਨੂੰ ਕਾਲਾਂ ਕਰ ਲਈਆਂ ਬਥੇਰਿਆਂ ਨੂੰ ਪੁੱਛਿਆ ਹੋਣਾ ਕਿ ਨਾਲ ਚੱਲੋ ਪੈਸੇ ਲੱਗਦੇ ਐਂ ਲੱਗਦੇ ਫਿਰ ਘੁੰਮ ਘੁੰਮਾ ਕੇ ਮੈਨੂੰ ਹੀ ਕਾਲ ਕੀਤੀ ਆ ਕਾਲ ਮਿਲਦਾ ਤਾਂ ਮੈਨੂੰ ਰੋਜ਼ ਰਹਿੰਦਾ ਸੀ ਪਰ ਫਿਰ ਵੀ ਤਰਸ ਮੈਨੂੰ ਆ ਹੀ ਗਿਆ ਯਾਰ ਤਰਸ ਆ ਜਾਂਦਾ ਕੀ ਕਰਾਂ ਯਾਰ ਨਾਲ ਰਿਹਾ ਹੋਇਆ ਤਰਸ ਆ ਜਾਂਦਾ ਹੁਣ ਉਹਦੇ 'ਤੇ ਕੋਈ ਪੈਸਾ ਨਹੀਂ ਲਾਉਂਦਾ ਜੇ ਪੈਸਾ ਮੈਂ ਨਾ ਲਾਵਾਂ ਉਹਦੀ ਲੱਤ ਜਾਣੀ ਕੰਮ ਤੋਂ ਇਸ ਕਰਕੇ ਉਹਨੂੰ ਦਾਖਲ ਕਰਾਇਆ ਹੋਇਆ ਹੁਣ ਹੋਸਪਿਟਲ ਚੱਲਾਂ ਆ ਹਾਲਤ ਤੁਸੀਂ ਦੇਖ ਲਿਓ ਕੀ ਹਾਲਤ ਹੈ ਉਹਦੀ ਠੀਕ ਹੈ ਬਥੇਰਾ ਸਮਝਾਇਆ ਸੀਗਾ ਸਹੀ ਰਹਿ ਸਾਡੇ ਨਾਲ ਰਹਿ ਵਧੀਆ ਰਹਿ ਨਾ ਪੁੱਠੇ ਬੰਦਿਆਂ ਨਾਲ ਘੁੰਮਣਾ ਹੈ ਅਤੇ ਪੁੱਠੇ ਕੰਮ ਕਰਨੇ ਆ ਚਲੋ ਕੋਈ ਨਾ ਗਲਤ ਕੰਮਾਂ ਦਾ ਗਲਤ ਨਤੀਜਾ ਅਤੇ ਬਾਕੀ ਸੱਟ ਥੋੜ੍ਹੀ ਜਿਹੀ ਲੱਗੀ ਸੀ ਇਹਦੇ ਥੋੜ੍ਹੀ ਤਾਂ ਨਹੀਂ ਕਾਫੀ ਲੱਗ ਗਈ ਸੀ ਡਿੱਗਿਆ ਸੀਗਾ ਉਦੋਂ ਬਾਅਦ 'ਚ ਪਤਾ ਨਹੀਂ ਗੋਡੇ ਦੇ ਅੰਦਰ ਗੋਡਾ ਚੱਲਣੋਂ ਹਟ ਗਿਆ ਕਹਿੰਦੇ ਗੋਡੇ ਦੇ ਅੰਦਰ ਪਸ ਭਰ ਗਈ ਹੈ ਅਤੇ ਪੈਪ ਪਾ ਕੇ ਕੱਢਣੀ ਪੈਣੀ ਹੈ ਅਤੇ ਜਦੋਂ ਇਹਨੂੰ ਸਵੇਰੇ ਦਰਦ ਦੁਰਦ ਹੋਇਆ ਅਤੇ ਉਦੋਂ ਮੇਰਾ ਫੋਨ ਤਾਂ ਬੰਦ ਹੁੰਦਾ ਆ ਆਪੇ ਸਕੂਟੀ ਚੱਕ ਕੇ ਚਲ ਗਿਆ ਭਰਾਵਾ ਦਾਖਲ ਹੋਣ ਪਹਿਲਾਂ ਇੱਕ ਕਲੀਨਿਕ ਜਿਹਾ 'ਚ ਚਲ ਗਿਆ ਇਹ ਪੁੱਛਣ ਕਿ ਇਹਨੂੰ ਲੱਗਾ ਨੋਰਮਲ ਜੇ ਉਹਨਾਂ ਦੇ ਬੱਥੋਂ ਬਾਹਰ ਹੋ ਗਏ ਉਹ ਕਹਿੰਦੇ ਨਾ 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 ਅੱਜ ਹੀ ਇਲਾਜ ਕਰਾ ਲਾ ਜੇ ਹੁੰਦਾ ਤਾਂ ਨਹੀਂ ਤਾਂ ਫਿਰ ਔਖਾ ਹੀ ਆ ਹੁਣ ਅਸੀਂ ਦਾਖਲ ਕਰਾਇਆ ਪਿੰਮਸ ਹੋਸਪਿਟਲ ਹੈ ਉੱਥੇ ਦਾਖਲ ਕਰਾਇਆ ਉੱਥੇ ਹੀ ਚੱਲੇ ਹਾਂ ਅਤੇ ਬਾਕੀ ਤੁਹਾਨੂੰ ਦਿਖਾਉਣਾ ਉੱਥੇ ਦਾ ਹਾਲ ਮੈਨੂੰ ਨਾ ਬਹੁਤ ਗੁੱਸਾ ਆਉਂਦਾ ਪੈਂਛੂ 'ਤੇ ਕਈ ਗੱਲਾਂ 'ਤੇ ਬਹੁਤ ਹੰਕਾਰਿਆ ਪਿਆ ਸੀ ਬਹੁਤ ਜ਼ਿਆਦਾ ਹੰਕਾਰਿਆ ਪਿਆ ਤੁਹਾਨੂੰ ਕੀ ਦੱਸਾਂ ਥੋੜ੍ਹੇ ਜਿਹੇ ਪੈਸੇ ਆ ਜਾਂਦੇ ਕਿਸੇ ਪਾਸੇ ਤਾਂ ਹੰਕਾਰ ਜਾਂਦਾ ਇਹਨੂੰ ਇਹਨੂੰ ਸਾਰੀ ਯਾਰੀ ਦੋਸਤੀ ਭੁੱਲ ਜਾਂਦੀ ਪਰ ਜਦੋਂ ਇਹਨੂੰ ਕੋਈ ਨਹੀਂ ਪੁੱਛਦਾ ਜਦੋਂ ਇਹਦੇ ਨਾਲ ਦੇ ਸਾਰੇ ਛੱਡ ਜਾਂਦੇ ਉਦੋਂ ਭਾਅ ਜੀ ਚੇਤੇ ਆ ਜਾਂਦਾ ਹੈ ਉਦੋਂ ਭਾਅ ਜੀ ਹੀ ਚੇਤੇ ਆਉਂਦਾ ਉਦੋਂ ਭਾਅ ਜੀ ਨਹੀਂ ਕੰਮ ਕਰਾਉਣਾ ਹੁੰਦਾ ਕਿਉਂਕਿ ਭਾਅ ਜੀ ਬਿਨਾਂ ਕਿਹਨੇ ਪੁੱਛਣਾ ਹੈ ਭਾਅ ਜੀ ਉੱਦਾਂ ਦਾ ਨਿਕੰਮਾ ਜਿਹਨੂੰ ਜਾਣਾ ਹੀ ਪੈਣਾ ਆ ਬੰਦਾ ਚੰਗਾ ਲੱਗੇ ਨਾ ਲੱਗੇ ਚੰਗਾ ਤਾਂ ਚਲੋ ਮਾੜਾ ਤਾਂ ਨਹੀਂ ਲੱਗਦਾ ਪਰ ਚੰਗਾ ਵੀ ਨਹੀਂ ਲੱਗਦਾ ਨਾ ਕਰਤੂਤਾਂ ਚੰਗੀਆਂ ਨਹੀਂ ਗੀਆਂ ਪਰ ਹੁਣ ਚੱਲਾਂ ਆ ਹੋਸਪਿਟਲ ਦੇਖਦੇ ਹਾਂ ਕੀ ਬਣਦਾ ਕਹਿਣ ਤੋਂ ਭਾਵ ਸਾਰਾ ਅਪਰੇਟ ਅਪਰੂਟ ਕਰਾਵਾਂਗੇ ਹੁਣ ਜੀ ਮਹਾਰਾਜ ਕਿੱਦਾਂ ਹਾਲ ਆ ਹੈਂ ਬੈਠੇ ਹਾਂ ਲੰਮੇ ਪਏ ਹਾਂ ਹੁਣ ਵੀ ਸੈੱਟ ਆਇਆ ਹੀ ਹੈ ਹੈਂ ਪਹਿਲਾਂ ਬੰਦਾ ਬਣ ਜਾਂਦਾ ਹੁਣ ਟੇਢਾ ਹੋ ਗਏ ਪਿਆ ਪੱਖੀ ਭਰੇ ਕੀ ਚੱਕਰ ਪਿਆ ਹੁਣ ਦੱਸ ਹੈਂ ਆਹ ਸਵੈਲਿੰਗ ਹੋਈ ਹੈ ਇਹਨਾਂ ਨੇ ਬਾਲ ਬੂਲ ਕੱਟੇ ਆ ਕੇ ਅੰਦਰ ਕੀ ਕਰਨਾ ਹੁਣ ਕਿੱਦਾਂ ਕੱਢਣਾ ਹੈ ਉੱਚੀ ਬੋਲ ਚੀਰਾ ਦੇਣਾ ਚੀਰਾ ਦੇਣਾ ਇੱਥੇ ਫਿਰ ਪਹਿਲੋਂ ਕਿੰਨੇ ਕਿੰਨੇ ਜ਼ਿਆਦਾ ਕਿੱਥੇ ਸੀਗਾ ਮਹੀਨਿਆਂ ਤੋਂ ਇਹ ਇੱਕਦਮ ਥੋੜਾ ਵੱਧ ਗਿਆ ਹੋਊਗਾ ਅੱਛਾ ਡੇਢ ਹਫ਼ਤੇ ਚਾਹ ਹੋ ਗਿਆ ਪਿੰਨੀ ਵੀ ਦੁਖਦੀ ਤੇਰੀ ਹੈਂ ਉਹ ਵੀ ਦੁਖੀ ਜਾਂਦੀ ਫੈਲ ਜਾਣਾ ਚੱਲ ਕੋਈ ਨਾ ਨਹੀਂ ਫੈਲਣ ਦਿੰਦੇ ਹੈਗੇ ਆ ਫੜ ਲੈਣਾ ਆਪਾਂ ਫਿਰ ਫਿਰ ਆਏ ਨੀ ਯਾਰ ਕੰਮ ਯਾਰ ਕੰਮ ਨੀ ਆ ਗਿਆ ਭਾਜੀ ਫਿਰ ਕੰਮ ਥੱਪੜ ਮਾਰੂ ਸਾਲਿਆ ਆ ਬਾਜ ਤੇਰਾ ਉੱਡਦਾ ਬਹੁਤ ਆ ਕਿਤੇ ਇੱਕ ਬੰਦਾ ਤੇਰੇ ਕੋਲ ਕਹਿੰਦੇ ਬਹੁਤ ਆਉਂਦਾ ਆ ਉਹ ਯਾਰ ਜਿਹੜਾ ਇੱਕ ਪੁਰਾਣਾ ਵੀਡੀਓ ਬਣਾਉਣ ਆਉਂਦਾ ਹੁੰਦਾ ਕੋਲੇ ਇੱਥੇ ਤੂੰ ਇਸ ਦੁੱਖੋਂ ਪਿਆ ਆ ਕਿ ਤੂੰ ਪੈਸਾ ਦੁੱਖ ਇੱਥੇ ਲਿਟਿਆ ਪਿਆ ਹੈ ਨਾ ਮੈਨੂੰ ਮਤਲਬ ਹੋਰ ਹਸਪਤਾਲ ਤੋਂ ਇੱਥੇ ਰੈਫਰ ਕੀਤਾ ਤੇ ਇੱਥੇ ਪੈਸਿਆਂ ਦੇਖੋ ਅੰਦਰ ਦਾਖਲ ਵੀ ਨਹੀਂ ਕੀਤਾ ਮੈਨੂੰ ਤਾਂ ਹੁਣ ਪਤਾ ਲੱਗਾ ਤੂੰ ਦਾਖਲ ਨਹੀਂ ਉਹਦੇ ਬੈੱਡ ਤੇ ਪਿਆ ਚੱਲ ਕੋਈ ਨਾ ਜਮ੍ਹਾਂ ਕਰਾ ਕੇ ਆਉਣਾ ਆਉਣਾ ਫਿਰ ਦੱਸਦਾ ਹਸਪਤਾਲ ਵਾਰਡ ਚ ਪਾਇਆ ਹੋਇਆ ਹਲੇ ਸ਼ਿਫਟ ਕਰਨਾ
ਹਲੇ ਤੱਕ ਤਾਂ ਐਡਮਿਟ ਵੀ ਨਹੀਂ ਕੀਤਾ ਜੀ, ਹੁਣ ਪੇਮੈਂਟ ਕਰਾਈ ਤਾਂ ਐਡਮਿਟ ਹੋਇਆ। ਇਹਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਕੋਈ, ਤਾਂ ਕਰਕੇ ਪੱਟ ਫੁੱਲਿਆ। ਐਡਾ ਸੂਰ ਦਾ ਚੰਮ ਚੜਿਆ ਬੰਦੇ ਦੇ, ਉਹ ਨਾੜ ਲੱਭਣੀ ਔਖੀ ਹੋਈ ਪਈ ਆ। ਡਾਕਟਰ ਸਾਹਿਬ ਜੋ ਵੀ ਲੱਭ ਕੇ ਨਹੀਂ ਲੱਭਦੀ ਉਹੀ ਕਹਿੰਦਾ, ਅਤੇ ਘਰ ਦੇ ਵਿਚਾਰੇ ਲੱਗੇ ਹੋਏ ਨਾੜ ਇੰਨਾ ਵੀ। ਤੈਨੂੰ ਤਾਂ ਜ਼ਿਆਦਾ ਐਕਸਪੀਰੀਅੰਸ ਆ ਨਾੜਾਂ ਦਾ, ਦੱਸ ਦੇ ਕਿੱਥੇ ਆ। ਉਹ ਕਹਿੰਦੇ ਜਿੱਥੇ ਦੱਸਿਆ ਉੱਥੇ ਕਹਿੰਦੇ ਫੋਲਡ ਹੋਣਾ ਤੁਹਾਨੂੰ। ਅੱਛਾ, ਪਤਾ ਹੈਗਾ ਤੈਨੂੰ ਕਿੱਥੇ ਨਾੜ ਆ? ਬੜਾ ਗੰਦਾ ਬੰਦਾ ਤੂੰ। ਆਹ ਦੇਖੋ, ਆਹ ਮਹਾਨ ਪੁਰਸ਼ ਨੂੰ ਮਿਲੋ, ਇਹਨਾਂ ਨੂੰ ਕਹਿੰਦੇ ਆ ਜੀ ਹੁੰਦੜ ਸਾਹਿਬ। ਹੁੰਦੜ ਸਾਹਿਬ, ਤੁਸੀਂ ਇੱਧਰ ਠੀਕ ਠਾਕ ਹੋ? ਕਿੰਨਾ ਚਿਰ ਹੋ ਗਿਆ ਘੁੰਮਦਿਆਂ ਨੂੰ ਤੁਹਾਨੂੰ ਇੱਥੇ? ਕਦੋਂ ਦਾ ਘੁੰਮਾਉਣ ਡਿਆਂ ਨੂੰ? ਕਿੱਥੇ ਕਿੱਥੇ ਗਏ ਤੁਸੀਂ? ਪਹਿਲਾਂ ਕਿਹੜੇ ਹਸਪਤਾਲ ਗਏ? ਉੱਚੀ ਬੋਲਦਾ ਕੋਈ ਨਾ। ਅੱਛਾ, ਉਹਨਾਂ ਨੇ ਜਵਾਬ ਦਿੱਤਾ? ਉਹਨਾਂ ਦੀ ਬੱਸ ਦੀ ਗੱਲ ਨੀ ਗੀ। ਆਪਣਾ ਭਰਾ ਮਿਲਿਆ ਇੱਥੇ, ਹੋਰ ਵੀਰੇ ਕਿਤੇ ਕੀ ਦੇਣ ਡਿਆ ਮੈਨੂੰ? ਮੈਂ ਭਾਅ ਜੀ ਸਭ ਨੂੰ ਪੁਰਾਣਾ ਨੂੰ ਸੰਸਦ ਵਿੱਚ ਲਿਖਿਆ ਹੈ, ਹੈ ਹੀ ਨਹੀਂ ਕਿਸੇ ਕੋਲ ਇੱਥੇ ਆਪਣੀ, ਕਿਸੇ ਕੋਲ ਜਿੱਥੇ ਮਰਜ਼ੀ ਲੱਭ ਲਿਓ ਕੋਈ। ਮੈਂ ਕਿਹਾ ਬਿਲਕੁਲ ਸਾਂਭ ਕੇ ਰੱਖੂੰਗਾ ਬਰੋ, ਬਟੂਏ ਦੀ ਸਾਈਡ ਤੇ, ਬਟੂਏ ਸਾਈਡ ਤੇ ਸਾਂਭ ਕੇ ਰੱਖਿਆ ਜੀ, ਆਪ ਵੀ ਦੇ ਲਓ। ਥੈਂਕ ਯੂ ਵੀਰੇ ਸੋ ਮਚ ਮੇਰਾ ਭਰਾ, ਲਵ ਯੂ। ਪੈਨਸ਼ੂ ਦੀ ਆ ਨਾ ਪੈਰ ਬਾਲਾ ਸੱਜ ਗਿਆ ਆ, ਅਤੇ ਹੁਣ ਡਾਕਟਰ ਸਾਹਿਬ ਦੇਖਦੇ ਹਾਂ ਕੀ ਕਰਦੇ ਆ। ਬਾਕੀ ਮੈਨੂੰ ਤਾਂ ਹਲੇ ਤੱਕ ਨਹੀਂ ਦੱਸਿਆ, ਤੈਨੂੰ ਦੱਸਿਆ ਵਾ ਕਰਨਾ ਕੀ ਆ, ਇਹਦਾ ਇਲਾਜ ਕੀ ਆ? ਕਹਿੰਦੇ ਟੱਕ ਲਾ ਕੇ ਵਿੱਚੋਂ ਕੱਢਣਾ ਆ। ਬਸ ਹਾਂਜੀ, ਡਾਕਟਰ ਸਾਹਿਬ ਕਦੋਂ ਟੱਕਰ ਮੰਗੇ? ਉਹ ਤਾਂ ਕਹਿੰਦੇ ਸੀਗੇ ਇੱਕ, ਕਦੋਂ ਕਹਿੰਦੇ ਸੀ? 5:15 5:30 ਉਹਨਾਂ ਅੰਬਰਸਰ ਜਾਣਾ ਜੀ। ਚਲ ਆ ਜਾਣਗੇ ਸਵੇਰੇ। ਚਲ ਸਾਰੇ ਜਾਣੇ ਆ ਕਰਮਾ। ਹੈਲੋ ਨਾ, ਕੀ ਹੋ ਗਿਆ ਪੈਂਚੂ? ਤੂੰ ਆ ਨਾ, ਪਸੈਂਟ ਸਹੀ ਆ। ਚਲੋ ਉਹ ਕੋਈ ਚੱਕਰ ਨਹੀਂ। ਮੈਂ ਕਿਹਾ ਇਹਨਾਂ ਨੂੰ ਦੱਸੀ ਜਾਈ ਤਾਂ ਮਨੀ ਪ੍ਰੋਬਲਮ ਆ, ਇਹਨਾਂ ਨੇ ਮੇਰੇ ਵੱਲ ਦੇਖ ਲਿਆ, ਹੋਰ ਨਾ ਕਿਤੇ ਮਨੀ ਜ਼ਿਆਦਾ ਹੀ ਚੱਕ ਦੇਣ। ਚੰਗਾ, ਉੱਦਾਂ ਤਾਂ ਕੋਈ ਪ੍ਰੋਬਲਮ ਨਹੀਂ ਗੀ, ਉੱਦਾਂ ਤੇਰੇ ਪਿੱਛੇ ਕੋਈ ਜਾਨ ਕਰਨਾ, ਜਾਨ ਵੀ ਹਾਜ਼ਰ ਆ। ਜਿਹੜਾ ਮਜ਼ਾਕ ਕਰਾਂ, ਜਾਨ ਤੇਰੇ ਪਿੱਛੇ ਨਹੀਂ ਹਾਜ਼ਰ। ਉੱਦਾਂ ਕਹਿੰਦਾ ਕਿ ਚੱਲ ਠੀਕ ਹੈ ਮਨੀ ਦੀ, ਉੱਦਾਂ ਦੱਸ ਦਈ ਤਾਂ ਥੋੜ੍ਹਾ ਥੋੜ੍ਹਾ ਇੱਦਾਂ। ਕੋਈ ਨਾ ਨਾ, ਉਹ ਤਾਂ ਮੈਂ ਤੈਨੂੰ ਨਾ ਹੀ ਨਹੀਂ ਕੀਤੀ ਲਾ ਦੂੰਗਾ, ਪਰ ਇਹਨਾਂ ਨੇ ਮੇਰੇ ਵੱਲ ਦੇਖ ਕੇ ਜ਼ਿਆਦਾ ਚੱਕ ਦੇਣਾ। ਤੈਨੂੰ ਪਤਾ ਨਾ, ਸੋਨਾ ਸਾਨਾ ਦੇਖ ਕੇ ਉੱਦਾਂ ਵੀ ਪ੍ਰਭਾਵਿਤ ਹੋ ਜਾਂਦੇ ਆ, ਕਿਉਂਕਿ ਹੁਣ ਟੈਸਟ ਹੀ ਬੜੇ ਕਰਤੇ ਮੇਰੇ ਆਏ ਤੇ, ਤਾਂ ਹੈ ਨਾ ਇੱਦਾਂ ਗੱਲ ਕਰਦੀ ਤਾਂ ਮੈਂ ਇੱਦਾਂ ਇੱਦਾਂ ਘਰੋਂ ਕਿਉਂਗਾ ਜਾਂ ਬਾਥਰੂਮ ਦਾ ਸੈਂਪਲ ਦੇ ਆ ਤੇ ਦਾਦੀ ਨੋਰਮਲ ਕਰੋ, ਹੈ ਨਾ ਚਲਾਵਟ ਹੈ ਨਾ ਨਹੀਂ ਐਵੇਂ। ਉੱਦਾਂ ਤਾਂ ਠੀਕ ਹੈ, ਪਰ ਮੈਨੂੰ ਪਤਾ ਨਾ ਇਹਨਾਂ ਨੇ ਕਰ ਦੇਣਾ, ਚੱਕ ਦੇਣਾ ਕੰਮ ਇਹਨਾਂ ਨੇ, ਗੱਲਾਂ ਤੋਂ ਹੀ ਲੱਗਦਾ। ਚੱਲ ਠੀਕ ਹੈ, ਧਿਆਨ ਰੱਖ ਕੇ ਨਾ। ਨਹੀਂ ਹੁੰਦਾ ਵੀਲ ਚੇਅਰ 'ਤੇ ਜਾਣਾ ਸਾਲਾ, ਕੱਲ੍ਹ ਤੋਂ ਤੁਰਿਆ ਫਿਰਦਾ ਸੀ, ਰਾਤ ਦਾ ਹੀ ਆ। ਅੱਛਾ ਜੀ, ਬੁਖਾਰ ਦੀ ਦਵਾਈ ਖਾਧੀ ਸੀਗੀ, ਹਾਂ ਉਦੋਂ ਬਾਅਦ ਹੋ ਗਿਆ ਸਾਲਾ। ਪਰ ਚੱਲ ਕੈਮਰੇ ਮੂਹਰੇ ਰੋ ਵੀ ਨਹੀਂ ਸਕਦਾ, ਲਿਆ ਫੜਾ ਦੇ ਹੱਥ ਇੱਥੋਂ। ਕੀ ਹੋਇਆ ਫੜਾ? ਹਾਂਜੀ ਚੀਕਾਂ ਬਹੁਤ ਮਾਰਦਾ ਇੱਕ ਤਾਂ ਮੁੰਡਾ, ਪੈਰ ਉੱਪਰ ਕਰ, ਪੈਰ ਤੇਰਾ ਫੇਰ ਥੱਲੇ ਲੱਗ ਜਾਣਾ। ਬਾਥਰੂਮ ਦਾ ਸੈਂਪਲ ਹੋਣਾ ਉਹਦੇ ਲਈ ਚੱਲੇ ਆ ਹਲੇ, ਦੇਖ ਲਾ ਇਲਾਜ ਤੋਂ ਬਿਨਾਂ ਪਾਇਆ ਸੀ ਇੱਥੇ, ਹਲੇ ਇਲਾਜ ਥੋੜ੍ਹਾ ਸ਼ੁਰੂ ਕੀਤਾ ਸੀ। ਇਲਾਜ ਜਾਤੀ ਪੈਸੇ ਨਹੀਂ ਜਮ੍ਹਾਂ ਹੁੰਦੇ ਉਹਨਾਂ ਚਿਰ ਇਲਾਜ ਨਹੀਂ ਸ਼ੁਰੂ ਕਰਦੇ। ਦੇਖ ਲਾ ਹਸਪਤਾਲ ਇੱਦਾਂ ਇਹ ਉੱਦਾਂ ਕਹਿਣ ਨੂੰ ਆ ਜਾਂਦਾ ਪੇਮੈਂਟਸ ਕਿ ਹਾਂ ਵੀ ਇੱਥੇ ਕਣਕ ਇੱਦਾਂ ਆ ਜਾਂ ਉੱਦਾਂ, ਪਰ ਇੱਥੇ ਵੀ ਨਹੀਂ ਸ਼ੁਰੂ ਕੀਤਾ ਇਲਾਜ। ਚਲ ਬੋਲਣਾ ਸਿਖਾ ਤਾਂ ਦਿੱਤਾ ਨਾ, ਈ ਸੀ ਜੀ ਹੋ ਗਈ ਆ, ਢਿੱਡ ਢੱਕ ਲਓ ਮਹਾਰਾਜ, ਵੀਡੀਓ ਬਣੀ ਕਰ ਤੁਹਾਡੇ ਨਾਲ ਗੱਲ ਕਰਾ ਦਈਏ। ਹੋਰ ਫਿਰ ਈ ਸੀ ਜੀ ਹੋ ਗਈ ਆ, ਇਹ ਤਾਂ ਬਹੁਤ ਰਿਪੋਰਟਾਂ ਚੱਲ ਰਹੀਆਂ ਤੇਰੀਆਂ। ਪਹਿਲਾਂ ਪਹਿਲਾਂ ਦੱਸ ਦਿੰਦਾ ਵਾ ਪੱਟੀ ਕਰਾ ਦਿੰਦੇ,
ਕੂਲਰ ਬਾਹਰ ਵੰਡੀ ਹੱਸਦੇ ਦੀ ਕਰੀ ਮੱਛੀਆਂ ਦੇ ਕਿਥੋਂ ਕੂਲ ਲਿਪ ਕੱਢੀ ਦੇਖੀ ਹੱਥੋਂ ਫਿਰ ਉਹ ਮੈਨੂੰ ਕਹਿੰਦੇ ਡਾਕਟਰ ਕਹਿੰਦਾ ਇੱਕ ਜਣਾ ਰੁਕੋ ਜਿਆਦਾ ਜਣੇ ਜਾਓ ਹਲੇ ਬਾੜ ਵਜੇ ਤੁਸੀਂ ਸ਼ਿਫਟ ਨੀ ਮੈਂ ਜਾਵਾਂ ਵੇ ਚੰਗਾ ਤਾਂ ਪੁੱਛੀਓ ਦਵਾਈਆਂ ਦਵਾਈਆਂ ਦਾ ਜੇ ਕੋਈ ਉਹ ਨਾ ਦਵਾਈਆਂ ਤਾਂ ਦੇ ਜਾਂਗੇ ਨਹੀਂ ਤਾਂ ਉਹ ਆਧਾਰ ਕਰ ਲਾਂਗੇ ਕੱਲ ਨੂੰ ਦੇ ਦਾਂਗੇ ਹਲੇ ਅੱਜ ਪਹਿਲਾਂ ਦਿੰਦੇ ਹਾਂ ਚਲ ਕੋਈ ਨਾ ਮੈਂ ਆਉਣਾ ਫਿਰ ਥੋੜ੍ਹੇ ਚਿਰ ਤੇ ਆ ਗਿਆ ਬੰਦਾ ਬਣਿਆ ਰਹੀ ਹੋਸਪਿਟਲ ਦੀ ਕੰਟੀਨ ਦੇਖ ਲਓ ਮਾਝੇ 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 ਚੋਬਰ ਲੱਗੇ ਹੋਏ ਆ ਅੰਦਰ ਉਹ ਫੋਨ ਆਉਂਦਾ ਨਾ ਪੈਂਚੂ ਤਾਂ ਕੀ ਮੰਗਦਾ ਆ ਪਾਣੀ ਦੇ ਦਿਓ ਕਹਿੰਦਾ ਹੋਰ ਮਾਝੇ ਵੀ ਮੰਗਦਾ ਪਿਆ ਆ ਪੀਣ ਨੂੰ ਯਾਰ ਡਿਮਾਂਡਿੰਗ ਬਹੁਤ ਹੈ ਇੱਕ ਤਾਂ ਮਾਝੇ ਚਾਹੀਦੇ ਆ ਪਾਣੀ ਦੀ ਬੋਤਲ ਚਲੋ ਜੀ ਮੈਂ ਚੱਲਦਾ ਫਿਰ ਲੋੜ ਪਈ ਗੂਗਲ ਪੇ ਕਰ ਦੂੰਗਾ ਠੀਕ ਆ ਓਕੇ ਓਕੇ ਚੱਲੀ ਜਾਣਾ ਖਾਣਾ ਖੂਣਾ ਵੀ ਹੋਇਆ ਦੱਸ ਦਿਓ ਲਓ ਬਈ ਮੁੰਡਾ ਹੋ ਰਿਹਾ ਸ਼ਿਫਟ ਪਹਿਲਾਂ ਤਾਂ ਮੈਂ ਚੱਲਾ ਸੀਗਾ ਫਿਰ ਮੈਂ ਕਿਉਂ ਨਾ ਸ਼ਿਫਟ ਕਰਾ ਕੇ ਜਾਈਏ ਸਟਾਈਲ ਦੇਖੋ ਮੁੰਡੇ ਦਾ ਪਾਣੀ ਪੀਂਦਾ ਹੀ ਜਾਂਦਾ ਚੋਬਰ ਕਹਿੰਦੇ ਮੁੰਡਾ ਬੜਾ ਸ਼ੌਕੀਨ ਮੁੰਡਾ ਇਹ ਤਾਂ ਮੁੰਡਾ ਮੂੰਹ 'ਤੇ ਤੇਰੇ ਮੈਂ ਚਿਪਸ ਮਾਰੂੰ ਸਾਲਿਆ ਮੁੰਡਾ ਮੱਟੂ ਦਾ ਬੜਾ ਸ਼ੌਕੀਨ ਹੈ ਕਹਿੰਦੇ ਕਿੱਦਾਂ ਫਿਰ ਉੱਦਾਂ ਤਾਂ ਲਿਫਟ ਰਾਹੀਂ ਲੈ ਕੇ ਜਾਂਦੇ ਤੈਨੂੰ ਤੈਨੂੰ ਇੰਨਾ ਮਾੜਾ ਮਰੀਜ਼ ਸਮਝਿਆ ਤੈਨੂੰ ਪੌੜੀਆਂ ਰਾਹੀਂ ਲੈ ਕੇ ਚੱਲੇ ਯਾਰ ਇਹ ਤਾਂ ਮਾੜੀ ਗੱਲ ਹੈ ਧੱਕਾ ਕਰਕੇ ਤੈਨਾਂ ਬਾਈਪਾਸ ਘੁੰਮਣਾ ਪੈਣਾ ਕੋਈ ਨਾ ਬਾਈਪਾਸ ਘੁੰਮ ਜਾਣਾ ਲਿਫਟ ਹੀ ਹੈ ਲਿਫਟ ਹੈ ਮੈਂ ਸੋਚਿਆ ਮਾੜਾ ਮਰੀਜ਼ ਸਮਝ ਗਿਆ ਯਾਰ ਸਾਡੇ ਨੂੰ ਆਏ ਤੇਰੀ ਸੰਗ ਅਤੇ ਮੈਂ ਕਿਹਾ ਸਾਡੇ ਮਰੀਜ਼ ਨੂੰ ਫਿਰ ਮਾੜਾ ਸਮਝ ਗਿਆ ਜਿਹੜਾ ਲਿਫਟ ਰਾਹੀਂ ਨਹੀਂ ਲੈ ਜਾਂਦੇ ਆਮ ਥੱਲੇ ਕਰ ਲਾ ਕੋਈ ਨਾ ਤੂੰ ਕਹਦੇ ਜਗਦਾ ਯਾਰ ਘਰਾਣ ਆ ਤੂੰ ਸਾਡਾ ਚਲੋ ਫਿਰ ਹੁਣ ਪੈਂਚੂ ਭਰਾ ਦਾ ਹੈ ਵਧੀਆ ਪੈਂਚੂ ਭਰਾ ਹੋ ਹਟਦੇ ਨਹੀਂ ਸੀ ਬੜਾ ਕਿਹਾ ਸੁਧਰ ਜਾਓ ਵੀਲ ਚੇਅਰ 'ਤੇ ਜਾ ਕੇ ਸੈੱਟ ਆਇਆ ਭਾਜੀ ਆ ਜਾ ਭਾਜੀ ਆ ਜਾ ਮੇਰੇ ਦਰਦ ਹੁੰਦਾ ਭਾਜੀ ਹੈਂ ਪਹਿਲਾਂ ਭਾਜੀ ਆ ਗਿਆ ਹੈ ਤੂੰ ਠੀਕ ਆ ਤੂੰ ਬੜਾ ਬੇਸ਼ਰਮ ਜਿਹਾ ਬੰਦਾ ਮੈਨੂੰ ਲੱਗਦਾ ਨਹੀਂ ਤੁਹਾਡੇ ਵੀ ਸੁਧਰੂੰਗਾ ਪੈਂਚੂ ਤੈਨੂੰ ਜਾਨਵਰਾਂ ਵਾਲੇ ਕਮਰੇ ਤਾਂ ਨੀ ਚੱਲੇ ਸਾਡੇ ਸਾਰੇ ਬਾੜ ਬੂੜ ਵੀ ਸਾਰੇ ਕਮਰੇ ਤਾਂ ਨੰਗ ਹੈ ਬੜੀ ਦੂਰ ਦੂਰ ਬਿਲਡਿੰਗਾਂ ਚ ਘੁੰਮਦਾ ਤੂੰ ਯਾਰ ਹੈ ਆਹ ਮੁੰਡਾ ਦੇਖ ਕਿੰਨਾ ਸ਼ਰੀਫ ਆ ਇਹਨੇ ਤਾਂ ਜ਼ਿੰਦਗੀ 'ਚ ਕੁਛ ਕੀਤਾ ਹੀ ਨਹੀਂ ਅੱਧਾ ਪੈਂਚੂ ਤਾਂ ਇਹਨੇ ਗਾਲਤਾ ਹੁਣ ਸ਼ਰੀਫ ਬਣ ਕੇ ਬੈਠੇ ਦੋਨੀ ਤੂੰ ਬੰਦਾ ਬਣ ਜਾ ਤੈਨੂੰ ਮੈਂ ਦੱਸਾਂ ਤੇਰੇ ਕੰਨ 'ਚੋਂ ਬਲੂਟੁੱਥ ਕੱਢ ਦੇਣੀ ਮੈਂ ਤੂੰ ਵੀ ਬੰਦਾ ਬਣ ਜਾ ਇਹ ਤਾਂ ਨਹੀਂ ਬਣਿਆ ਤੂੰ ਬਣ ਜਾ ਉੱਦਾਂ ਪਰ ਉੱਦਾਂ ਪੱਕੇ ਕੱਚੇ ਕੁਛ ਵੀ ਨਹੀਂ ਰਹਿਣਾ ਓਕੇ ਆ ਰੌਲਾ ਸੱਚ ਨਹੀਂ ਬੋਲਦਾ ਤੇਰੇ ਨਾ ਇੱਧਰੋਂ ਲਿਆ ਕੇ ਹੂਰਾ ਮਾਰੇ ਤੂੰ ਸਾਡਾ ਕੀ ਹੁਣ ਸ਼ਕਤੀਮਾਨ ਬਣਨਾ ਅੰਦਰ ਜਾ ਅੱਛਾ ਅੰਦਰ ਜਾ ਕੇ ਬਣ ਕੇ ਦਿਖਾਉਣਾ ਵਾਹ 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 ਜੀ ਵਾਹ ਪੈਂਚੂ ਬਾਹਲੀ ਦੂਰ ਲਈ ਆਉਂਦੇ ਆ ਅੰਦਰ ਜਾਣ ਦੀ ਕਾਹਦੇ ਪਲੈਨਿੰਗ ਆ ਤੇਰੀ ਇਹ ਦੱਸ ਦੇ ਇਹਦੀ ਆ ਕਾਹਦੇ ਅੰਦਰੋਂ ਤਾਂ ਨਾ ਦੱਸਦੇ ਕਤਲਾਂ ਦੇ ਕਿਹਦੇ ਕਿਹਦੇ ਲਿਖਿਆ ਪਿੰਡ ਦੇ
ਨਹੀਂ ਹੈਗੇ ਸ਼ਹਿਰ ਦੀ ਆ ਮਾੜੀ ਗੱਲ ਆ ਕੋਨੇ ਦਾ ਖੁਰਕ ਰਹਿਣ ਦੇ ਹੁਣ ਇਹ ਖੁਰਕ ਫੇ ਗਾਂ ਵਿਆਹ ਕਰਾਉਣਾ ਖੁਰਕ ਔਖੀ ਕਰੂਗੀ ਵਿਆਹ ਕਰਾ ਕੇ ਚੱਲ ਜਾਵਾਂਗੇ ਵਿਆਹ ਕਰਾ ਕੇ ਤਾਂ ਪਿੱਛੇ ਬੋਟੀ ਨੂੰ ਕੋਈ ਕੀ ਕਹਾਂ ਮੈਂ ਸਾਂ ਫੜਦਾ ਹੀ ਨਹੀਂ ਯਾਰ ਹੁਣ ਕਿੱਦਾਂ ਕੱਚਾ ਵਿਆਹ ਯਾਰ ਸੱਚ ਟੈਂਚੂ ਜਿੰਨੀ ਬਹਿਸ ਹੋਈ ਆ ਆਪਣੀ ਡਾਕਟਰਾਂ ਨਰਸਾਂ ਨਾਲ ਸਾਨੂੰ ਇੱਦੀ ਲੱਗੀ ਜਾਂਦਾ ਤੇ ਨਹੀਂ ਦੂਰ ਲੈ ਟੀਕਾ ਹੀ ਨਾ ਲਾ ਦੇ ਧਿਆਨ ਰੱਖੀਆਂ ਬੋਡੀ ਗਾਰਡ ਰੱਖ ਲਿਆ ਬੋਡੀ ਗਾਰਡ ਤਾਂ ਹੈਗਾ ਅੱਖਾਂ ਖੋਲ ਕੇ ਰੱਖੀ ਜਿਹੜੇ ਹੋਰ ਨਾ ਕਦੇ ਸਾੜਿਆ ਸਵੇਰ ਨੂੰ ਟੀਕਾ ਲਾ ਕੇ ਪੀ ਕੱਢਣ ਦੇ ਬਾਰੇ ਟੀਕਾ ਦੂਜੇ ਲਾ ਦੇ ਉੱਪਰ ਜਾਣ ਨਾਲ ਕਿੰਨਾ ਕੱਚਾ ਹੈ ਫੋਨ ਆ ਨਾ ਮੇਰੇ ਕੋਲ ਤਾਂ ਫੋਨ ਨਾ ਕਰਕੇ ਲੜਦੇ ਨੇ ਬਾਕੀ ਹੁਣ ਅਸੀਂ ਚੱਲੇ ਸੀ ਫਿਰ ਬਾਅਦ 'ਚ ਕਹਿੰਦੇ ਪਿੰਚੂ ਨੂੰ ਉੱਪਰ ਐਡਮਿਟ ਕਰਾ ਹੀ ਜਾਓ ਐਡਮਿਟ ਉੱਪਰ ਕਰਾਇਆ ਜਾਂਦਾ ਹੁਣ ਮੈਡੀਸਨ ਲੈ ਕੇ ਦੇ ਕੇ ਫਿਰ ਅਸੀਂ ਚੱਲਦੇ ਹਾਂ ਘਰ ਨੂੰ ਕਿਉਂਕਿ ਉੱਥੇ ਕਿਹੜਾ ਰਹਿਣ ਨੂੰ ਬਹਿਣ ਨੂੰ ਜਗ੍ਹਾ ਕਿ ਨਹੀਂ ਸੋਨੂੰ ਤੁਸੀਂ ਚੱਲ ਜਾਣਾ ਨਾ ਆਹ ਗੇੜਾ ਗੂੜਾ ਲਾ ਜੀ ਤੂੰ ਹੈ ਬਸ ਆਹ ਰੋਟੀ ਦਾ ਹੀ ਆ ਬਾਕੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਰੂਮ ਆ ਇੱਥੇ ਮਿਲਦਾ ਨਹੀਂ ਰੂਮ ਮਿਲਿਆ ਨਹੀਂ ਵਾਰਡ ਹੀ ਦੇਣ ਡੇ ਵਾਰਡ ਹੀ ਚਲੋ ਬੰਦਾ ਸਹੀ ਜਾਈਦਾ ਜਿੰਨੀ ਦੂਰ ਆਪਾਂ ਨੂੰ ਛੱਡਿਆ ਮੈਨੂੰ ਲੱਗਦਾ ਆਪਣੀ 1.5 ਕਿਲੋਮੀਟਰ ਸੈਰ ਹੋ ਗਈ ਹੋਣੀ ਕਿ ਨਹੀਂ ਬੜਾ ਘੁਮਾਈ ਜਾਂਦੇ ਯਾਰ ਪੈਂਚੂ ਲੱਭਣਾ ਔਖਾ ਆ ਪਿੰਸ ਵਿੱਚ ਬਹੁਤ ਔਖਾ ਹੈਗਾ ਤਾਂ ਪਹਿਲੇ ਤੋਂ ਹੀ ਆ ਉੱਧਰ ਨਹੀਂ ਸੋ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕਿੱਦਾਂ ਬਾਹਰ ਆ ਕੇ ਵਾਕਈ ਹੈ ਨਾ ਅੰਦਰ ਬਾਹਲਾ ਇਹਦਾ ਘੋਟਣ ਜਿਹੀ ਹੋਈ ਸੀ ਇੱਧਰ ਨੂੰ ਜਾਣਾ ਆਪਾਂ ਇੱਦਾਂ ਕਾਹਦੇ ਕਰਨਾ ਤੁਸੀਂ ਯਾਰ ਮੈਂ ਕਿਹਾ ਯੂ ਟਰਨ ਮਾਰਨਾ ਵਾ ਉੱਪਰ ਦੀ ਫੀਲਿੰਗ ਜੀ ਲੈ ਕੇ ਮਤਲਬ ਜਿੰਮ ਨਹੀਂ ਲੱਗੀ ਅੱਜ ਆਪਾਂ ਇੱਦਾਂ ਮਤਲਬ ਵਾਕ ਜੀ ਕਰ ਹੈ ਨਾ ਅੱਛਾ ਬਾਬਾ ਵਾਕ ਹੋ ਗਈ ਉਹ ਲਾਗਾ ਲੱਗ ਗਿਆ ਉਹਦੇ ਲਾਗਾ ਤਾਂ ਨਹੀਂ ਲੱਗਾ ਉਦਣ ਦੀ ਹੋਰ ਆਪਾਂ ਬੈਠ ਕੇ ਨਹੀਂ ਲਾਇਆ ਤੁਸੀਂ ਕੀ ਕਹਿ ਗਏ ਕਿ ਲਾਗਾ ਲੱਗ ਗਿਆ ਮੈਂ ਮਤਲਬ ਸ਼ੋਰ ਹੀ ਕਰਦਾ ਬਸ ਕਰ ਹੋ ਗਏ ਲਾਗਾ ਲੱਗ ਗਿਆ ਯਾਰ ਚਲੋ ਕੋਈ ਨਾ ਮਰਦਾਂ ਦਾ ਹੀ ਲੱਗਦਾ ਪਰ ਔਰਤਾਂ ਦੇ ਵੀ ਲੱਗ ਕਿਉਂਕਿ ਗੁਰਜੀਤ ਦੇ ਵੀ ਲੱਗਾ ਦੇਖਿਆ ਨਹੀਂ ਨਹੀਂ ਵੀਰੇ ਓਦਾਂ ਬੈਠਕਾਂ ਦਾ ਨੀ ਚੱਕਰ ਜਿੰਨੀ ਦੂਰ ਤੁਰ ਕੇ ਜਾਣਾ ਪੈਂਦਾ ਨਾ ਪਿੰਸ ਆ ਕੇ ਓਦੇ ਬੰਦੇ ਨੂੰ ਵੱਡਾ ਵੱਡੇ ਵੱਡੇ ਹਿੱਲ ਜਾਂਦੇ ਹੁੰਦਾ ਨੀ ਗਾ ਮਤਲਬ ਕੀ ਛੋਟਾ ਜਿਹਾ ਹੀ ਆ ਬਹੁਤ ਵੱਡਾ ਯਾਰ ਬਹੁਤ ਵੱਡਾ ਹਲੇ ਤਾਂ ਹੋਰ ਪਾਸੇ ਦੇਖੇ ਨੀ ਇਹਦੇ ਤੇ ਬਾਕੀ ਪੈਂਚੂ ਐਡਮਿਟ ਕਰਾ ਤਾ ਆ ਹਾਲਤ ਬਹੁਤ ਮੰਦੀ ਸੀ ਠੀਕ ਹੈ ਪਹਿਲੋਂ ਕੇਅਰ ਨਹੀਂ ਕੀਤੀ ਜਦੋਂ ਕੀਤੀ ਤਾਂ ਫਿਰ ਹੁਣ ਜ਼ਿਆਦਾ ਟਾਈਮ ਲੰਘ ਗਿਆ ਨਹੀਂ ਦਵਾਈਆਂ ਨਾਲ ਸਰ ਜਾਣਾ ਹੀ ਹੁਣ ਐਡਮਿਟ ਹੋਣਾ ਪਿਆ ਅਤੇ ਕੱਲ੍ਹ ਦੇਖਦੇ ਹਾਂ ਕੀ ਬਣਦਾ ਔਖਾ ਗਲਤੀ ਆਪਣੀ ਆ ਕਸੂਰ ਆਪਣਾ ਮੈਂ ਗੱਡੀ 'ਚ ਬਹਿ ਗੱਲ ਕਰਦਾ ਕੀ ਕਹਿੰਦਾ ਬਰਬ ਜਿੰਨੀਆਂ ਭਾਅ ਜੀ ਖੱਲੀਆਂ ਪਈਆਂ ਵਿਆਹ ਤਾਂ ਉਹਨਾਂ ਕਰਾਉਣਾ ਜਿਹੜੀ ਰੱਤਾਂ ਘੁੱਟੇ ਅੱਛਾ ਠੀਕ ਆ ਚੱਲ ਆਪਣੀਆਂ ਆਪਣੀਆਂ ਇੱਛਾਵਾਂ ਆ ਬਰੋ ਹੋਰ ਕੀ ਹੁਣ ਕੁੜੀਆਂ ਨੇ ਕਮੈਂਟ ਲੰਬ ਵੀਰੇ ਪਾ ਦਿਓ ਭਰਾਵਾ ਮਜ਼ਾਕ ਉਹ ਤਾਂ ਹਾਸੇ ਨਾਲ ਕਹਿੰਦੇ ਆ ਮਜ਼ਾਕ ਕਹਿੰਦੇ ਆਪਾਂ ਖੜਾ ਲੱਤਾਂ ਘਟਾ ਲੈਣੀਆਂ ਹਾਂ ਸਹੀ ਗੱਲ ਅਤੇ ਬਾਕੀ ਗੁਰਜੀਤ ਸਿੰਘ ਜੀ ਹੋਰ ਕਿੱਦਾਂ ਹਾਲ ਠੀਕ ਆ ਬਹੁਤ ਵਧੀਆ ਭਾਅ ਜੀ ਬਹੁਤ ਵਧੀਆ ਭਾਅ ਜੀ ਮੇਰਾ ਸੈੱਟ ਆਉਂਦਾ ਕੀ ਮਿਲੀ ਆ ਹਾਂਜੀ ਇੱਥੇ ਤਾਂ ਇੱਦਾਂ ਲੱਗਦਾ ਕੁਛ ਹੈ ਹੀ ਨਹੀਂ ਗਾ ਮੈਂ ਝਟਕਾ ਜਿਹਾ ਲੱਗੀ ਸਹੀ ਗੱਲ ਹੈ ਭਾਜੀ ਆਪਾਂ ਹਾਂਜੀ ਕਿੱਦਾਂ ਪੰਜਾਬੀ ਹੋ ਅਤੇ ਤੁਹਾਨੂੰ ਦਾਦਾ ਜਿੱਦਾਂ ਕਿ ਤੁਹਾਨੂੰ ਮਹਾਨ ਸ਼ਖਸੀਅਤ ਨਾ ਮੜਾ ਹਟੇ ਆ ਬੜਾ ਸਮਝਾਇਆ ਕਿ ਆਹ ਕੰਮੀ ਨਾ ਪਏ ਹੈ ਪਿੱਛੇ ਨਹੀਂ ਆਉਣਾ ਕਿਸੇ ਨੇ ਤੇਰੇ ਯਾਰ ਦੋਸਤ ਨੇ ਕਿਸੇ ਨੇ ਨਾਲ ਨਹੀਂ ਖੜਨਾ ਲੋੜ ਪਈ ਤੇ ਪਰ ਨਹੀਂ ਸਮਝਿਆ ਹੁਣ ਬਾਹਲੀ ਮੰਦੀ ਲੱਗੀ ਹੋਈ ਆ ਠੀਕ ਆ ਅਤੇ ਮੇਰੀ ਲੋੜ ਤਾਂ ਵੀ ਤਾਂ ਹੀ ਪਈ ਕਿ ਪੈਸਾ ਪੂਆ ਕਰਕੇ ਉੱਦਾਂ ਨਹੀਂ ਪੈਣੀ ਇੱਦਾਂ ਉੱਦਾਂ ਤੁਰੇ ਫਿਰਨਾ ਹੀ ਸਾਰਿਆਂ ਨੇ ਨਾਲ ਪੈਸਾ ਪੂਹਾਂ ਕਰਕੇ ਮੇਰੀ ਲੋੜ ਪੈ ਗਈ ਚੱਲ ਤਾਂ ਮੈਨੂੰ ਫੋਨ ਫਾਨ ਕਰਦਾ ਰਿਹਾ ਪਰ ਜਿੱਦਾਂ ਵੀ ਲੋੜ ਪੈ ਗਈ ਘੁੰਮ ਘੁੰਮਾ ਕੇ ਭਾਅ ਜੀ ਕੰਮ ਹੀ ਆਇਆ ਹੈ ਨਾ ਵੀ ਭਾਅ ਜੀ ਕੰਮ ਆਇਆ ਨਹੀਂ ਤਾਂ ਬਥੇਰਾ ਕਹਿੰਦਾ ਰਿਹਾ ਕਿ ਵੀਰੇ ਆਹ ਕੰਮ ਨਾ ਕਰ ਉਹ ਕੰਮ ਕੰਮ ਨਾ ਕਰ ਉਹ ਕੰਮ ਨਾ ਕਰ ਹੁਣ ਸੋਚ ਕਰਨਾ ਭਾਈ ਤੁਸੀਂ ਆਪ ਸੋਚ ਸਕਦੇ ਆ ਗਲਤ ਕੰਮ ਕੀਤਾ ਕੋਈ ਉਹ ਉਹਦੇ ਨਾਲ ਸੋਚ ਪੈ ਗਈ ਉਹ ਗਲਤ ਥਾਂ ਲੱਗ ਗਿਆ ਕੁਛ ਹੈ ਨਾ ਅਤੇ ਸੋਚ ਹੁਣ ਦੱਸ ਨਹੀਂ ਸਕਦਾ ਕਿੰਨੀ ਪਈ ਹੋਈ ਹੈ ਜਿੱਦਾਂ ਡਾਕਟਰਾਂ ਨੇ ਦੱਸਿਆ ਹੋਇਆ ਕੱਲ੍ਹ ਹੁਣ ਡਾਕਟਰ ਆਊਗਾ
ਤੇ ਉਹ ਇਹ ਤਾਂ ਐਵੇਂ ਆਪਣੇ ਜਦੋਂ ਪਸ ਬਣਾਈ ਜਾਂਦੇ ਪਸ ਭਰ ਗਈ ਉਹ ਭਰ ਗਈ ਐ ਭਰ ਗਈ ਪਤਾ ਨੀ ਕਿਹੜੇ ਦੇਸੀ ਜਾਂ ਕਲੀਨਿਕ ਤੇ ਚਲੇ ਗਏ ਸੀਗੇ ਪਤਾ ਹੀ ਨੀ ਗਾ ਕੀ ਹੋਇਆ ਹਲੇ ਤਾਂ ਡਾਕਟਰ ਤਾਂ ਕੋਈ ਆਇਆ ਹੀ ਨਹੀਂ ਪਹਿਲੋ ਹੀ ਪਸ ਪਸ ਕਰੀ ਜਾਂਦਾ ਪੈਂਚੂ ਦਾ ਕਿ ਪਸ ਭਰੀ ਐ ਹੋਈ ਐ ਹੋਈ ਆ ਤੇ ਗਲਤੀ ਇਹਦੀ ਆਪ ਦੀ ਕੁਛ ਗਲਤ ਪਤਾ ਪੈਂਚੂ ਨੂੰ ਸੀਗਾ ਭਾਜੀ ਗਲਤ ਕੁਛ ਲਾ ਲਿਆ ਗਲਤ ਕੁਛ ਮਾਰ ਲਿਆ ਜਦੋਂ ਜੋ ਮਰਜ਼ੀ ਉਹਦੇ ਨਾਲ ਮਤਲਬ ਨਾੜੀ ਤੇ ਕੋਈ ਪੰਗਾ ਪੈ ਗਿਆ ਇਹਦੀ ਤੇ ਤੇ ਉਹ ਲੱਤ ਫੁੱਲਣ ਲੱਗ ਪਈ ਤੇ ਹੁਣ ਚਾਰ ਪੰਜ ਦਿਨ ਹੋਏ ਹਸਪਤਾਲ ਅੱਜ ਆਏ ਆ ਮੈਨੂੰ ਇਹਨੇ ਪਰਸੋਂ ਦੱਸਿਆ ਸੀਗਾ ਭਾਜੀ ਮੈਨੂੰ ਇੱਦਾਂ ਇੱਦਾਂ ਹੋਈ ਆ ਮੈਂ ਮਜ਼ਾਕ ਸਮਝਿਆ ਮੈਨੂੰ ਯਕੀਨ ਨਹੀਂ ਆਉਂਦਾ ਯਾਰ ਮੁੱਕ ਦੀ ਗੱਲ ਇਹ ਹੈ ਕਿ ਮਾੜੇ ਕੰਮਾਂ ਦਾ ਮਾੜਾ ਨਤੀਜਾ ਆ ਉਹ ਦੇਖ ਲਓ ਥੋੜ੍ਹੇ ਚਿਰਾਂ 'ਚ ਹੀ ਪਤਾ ਲੱਗ ਗਿਆ ਅਤੇ ਗੱਲ ਇਹ ਆ ਯਾਰ ਬੰਦਾ ਬੇਵਕੂਫ ਥੋੜ੍ਹੋ ਆ ਸਾਰੀ ਦੁਨੀਆ ਕਮੈਂਟ ਕਰਕੇ ਸਮਝਾਉਂਦੀ ਸੀ ਕਿ ਵੀਰੇ ਹਟ ਜਾ ਆਹ ਕੰਮ ਨਾ ਕਰਕੇ ਇਹ ਮਾੜੇ ਮੁੰਡਿਆਂ ਦਾ ਨਾ ਕੰਮ ਇਹਨਾਂ ਨੇ ਕੰਮ ਨਹੀਂ ਆਉਣਾ ਜਾਂ ਕੁਛ ਵੀ ਹੈ ਨਾ ਦੁਨੀਆ ਪਾਗਲ ਥੋੜ੍ਹਾ ਚਲੋ ਮੈਂ ਸਮਝਾਉਣਾ ਮੈਂ ਚੱਲ ਠੀਕ ਹੈ ਇਕੱਲਾ ਗਲਤ ਹੋਊਗਾ ਸਾਰੀ ਦੁਨੀਆ ਸਮਝਾਉਂਦੀ ਉਹ ਤਾਂ ਨਹੀਂ ਗਲਤ ਹੋ ਗਈ ਅਖੀਰ 'ਤੇ ਕੋਈ ਨਹੀਂ ਖੜਿਆ ਨਾ ਗਲਤ ਨਤੀਜਾ ਤਾਂ ਮੋਹਰੇ ਆ ਗਿਆ ਇਹ ਚੱਕਰ ਪੈ ਗਿਆ ਬਸ ਚਲੋ ਕੋਈ ਨਾ ਦੇਖਦੇ ਕੀ ਬਣਦਾ ਹੁਣ ਸੁੱਖ ਹੀ ਹੋਵੇ ਕਿਉਂਕਿ ਤੰਦਰੁਸਤ ਆਪਣੇ ਘਰੇ ਜਾਵੇ ਯਾਰ ਸੁੱਖੀ ਸਾਂਦੀ ਹੁਣ ਅਕਲ ਆਜੂਗੀ ਕੀ ਪਤਾ ਰੱਬ ਮਾੜੀ ਮੋਟੀ ਮੱਤ ਦੇ ਦੇਵੇ ਬਾਕੀ ਪੱਕੇ ਸ਼ੋਰ ਤਾਂ ਇਹੀ ਵੀ ਇਹਨੀ ਅਕਲ ਆਜੂਗੀ ਹੈ ਨਾ ਮੈਂ ਤਾਂ ਮੰਮੀ ਉਹਨਾਂ ਨੇ ਸਪੈਸ਼ਲ ਕਿਹਾ ਮੰਮੀ ਉਹਨਾਂ ਨੇ ਕਿਹਾ ਕਹਿੰਦੇ ਜਾ ਕੇ ਆ ਹੋਰ ਨਾ ਕਿਤੇ ਸੱਚੀ ਦਾਖਲ ਦੁਖਲ ਕਰਨ ਵਾਲਾ ਹੋਵੇ ਅਤੇ ਝੂਠ ਨਾ ਮੰਨੀ ਜਾ ਕਿਉਂਕਿ ਮੈਨੂੰ ਇਹਦੀਆਂ ਗੱਲਾਂ 'ਤੇ ਯਕੀਨ ਨਹੀਂ ਆਉਂਦਾ ਮੈਨੂੰ ਤਾਂ ਝੂਠ ਹੀ ਮੰਨਦਾ ਮੈਂ ਕਿਹਾ ਝੂਠ ਬੋਲੀ ਜਾਂਦਾ ਇਹਨੂੰ ਕੀ ਹੋਇਆ ਹੋਣਾ ਤੋਰ ਤਾਂ ਮੈਂ ਦੇਖਦਾ ਕਿੰਨੇ ਦਿਨਾਂ ਦੀ ਤੋਰ ਤਾਂ ਇਹਦੀ ਪਿੰਗੀ ਟੇਢੀ ਹੋਈ ਆ ਪਰ ਇਹ ਐਡਮਿਟ ਹੋਣ ਦੇ ਜਦੋਂ ਗੱਲਾਂ ਕਰਦੇ ਨਾ ਐਡਮਿਟ ਕਰਨਾ ਐਂ ਹੋਣਾ ਉਹ ਹੋਣਾ ਉਹ ਵੀ ਨਹੀਂ ਮੈਨੂੰ ਯਕੀਨ ਆਇਆ ਮੈਂ ਕਿਹਾ ਐਵੇਂ ਕਿਤੇ ਪੈਸੇ ਪੂਏ ਦੇ ਉੱਦਾਂ ਲੋੜ ਹੋਣੀ ਆ ਮੈਨੂੰ ਝੂਠ ਬੋਲੀ ਜਾਂਦਾ ਫਿਰ ਮੈਂ ਆਇਆ ਫਿਰ ਦੇਖਿਆ ਵਾਕਈ ਮੰਦੀ ਲੱਗੀ ਹੋਈ ਆ ਵੀ ਅਤੇ ਹੁਣ ਤਾਂ ਬਾਹਲਾ ਮਤਲਬ ਜਦੋਂ ਹੈ ਨਾ ਪਹਿਲੋਂ ਤਾਂ ਇਹਨੂੰ ਇੰਜੈਕਸ਼ਨ ਦਾ ਅਸਰ ਸੀਗਾ ਕਿ ਦਰਦ ਦੇ ਇੰਜੈਕਸ਼ਨ ਦਾ ਉਦੋਂ ਹੱਸੀ ਜਾਂਦਾ ਸੀ ਹੁਣ ਜਦੋਂ ਇਹ ਆਉਣ ਲੱਗਿਆ ਦਰਦ ਦੇ ਇੰਜੈਕਸ਼ਨ ਦਾ ਅਸਰ ਹਟ ਗਿਆ ਉਦੋਂ ਰੋਣ ਹੀ ਲੱਗ ਪਿਆ ਅਤੇ ਹੁਣ ਫਿਰ ਜਾ ਕੇ ਰੋਟੀ ਲੈ ਕੇ ਜਾਣਾ ਆ ਫਿਰ ਦੁਬਾਰੋਂ ਜਾਂ ਉਹਨੇ ਲੈ ਕੇ ਜਾਣਾ ਜਾਂ ਮੈਂ ਲੈ ਕੇ ਜਾਂਦਾ ਕਿਉਂਕਿ ਕਮਰਾ ਕੁਮਰਾ ਚੱਜ ਦਾ ਕੋਈ ਨਹੀਂ ਮਿਲਿਆ ਹੈਗਾ ਵਾਰਡ ਹੀ ਮਿਲਿਆ ਅਤੇ ਵਾਰਡ ਵਿੱਚ ਵੀ ਇੰਨੀ ਗਰਮੀ ਆ ਛੱਡ ਕੇ ਲਓ ਏ ਸੀ ਹੈ ਨਹੀਂ ਗਾ ਮੰਦਾ ਲੱਗਾ ਹੋਇਆ ਉੱਥੇ ਨਰਸਾਂ ਇੰਨਾ ਟੇਢਾ ਬੋਲਦੀਆਂ ਹਰੇਕ ਬੰਦੇ ਨਾਲ ਨਰਸਾਂ ਕੀ ਕਹਾਂ ਪੇਮਸ ਹੋਸਪਿਟਲ ਇੰਨਾ ਕੁ ਜੇ ਮੈਨੂੰ ਨਹੀਂ ਸਾਰੀਆਂ ਦੀ ਨਹੀਂ ਗੱਲ ਕਰਦਾ ਜਿੰਨੀਆਂ ਕੁ ਸਾਨੂੰ ਟੱਕਰੀਆਂ ਮੈਂ ਸਾਰੀਆਂ ਹੀ ਕਹੂੰਗਾ ਜਿੰਨੀਆਂ ਕੁ ਰੱਬ ਕਿੱਦਾਂ ਔਖਾ ਹੀ ਸੀ ਭਾਜੀ ਮਤਲਬ ਕੀ ਅਸੀਂ ਕੁਛ ਇੱਦਾਂ ਦਾ ਵੀ ਨਹੀਂ ਕਿਹਾ ਸੀ ਐਵੇਂ ਮੂਹਰੋਂ ਪਈ ਜਾਂਦੀਆਂ ਵੀ ਤੁਸੀਂ ਥੋੜ੍ਹਾ ਜਿਹਾ ਹੈ ਨਾ ਬੜੀਆਂ ਲਿਖੀਆਂ ਮਾੜਾ ਸਟਾਫ ਵਧੀਆ ਰੱਖੋ ਜਿੱਦਾਂ ਕੋਈ ਸਿਆਣਾ ਬਿਆਣਾ ਉੱਥੇ ਐਡਮਿਟ ਆ ਕੋਈ ਬੰਦਾ ਸਿਆਣਾ ਜਾਂ ਬੰਦਾ ਐਡਮਿਟ ਸੀ ਉਹਨੂੰ ਬੋਲਦੇ ਆਈ ਉਹ ਤੂੰ ਇੱਧਰ ਹੋ ਜਾ ਤੂੰ ਉੱਧਰ ਹੋ ਜਾ ਤੂੰ ਕਰ ਲਈ ਆਈ ਸੀ ਜੀ ਇਹਦੀ ਐਂ ਕਰ ਲਈ ਇਹਦੀ ਓਂ ਕਰ ਤੂੰ ਤੜਾਕ ਤੇ ਸਾਡੇ ਨਾਲ ਵੀ ਕਰਨ ਲੱਗੇ ਤੁਹਾਨੂੰ ਪਤਾ ਆਪਾਂ ਨੂੰ ਮੜੀ ਝੱਲਣੀ ਔਖੀ ਹੋ ਜਾਂਦੀ ਆ ਤੇ ਇੱਕ ਤਾਂ ਕਹਿੰਦੀ ਮੇਰਾ ਪੇਸ਼ੈਂਟ ਬਦਲੋ ਮੈਂ ਇਹਨਾਂ ਨਾਲ ਨਹੀਂ ਕੰਮ ਕਰਨਾ ਮੈਂ ਕਹਿੰਦਾ ਦੱਸ ਸਾਡੇ ਨਾਲ ਨਹੀਂ ਕੰਮ ਕਰਨਾ ਐਡੀ ਤੋਂ ਉਹ ਵਿਚਾਰੇ ਦਾ ਉਹ ਵਿਚਾਰੇ ਨੂੰ 6 ਵਾਰ ਦੁਖੀ ਕੀਤਾ ਭਾਈ ਪੈਂਚੂ ਨੂੰ ਨਾ ਬਹੁਤ ਦੁਖੀ ਕੀਤਾ ਇੱਥੋਂ ਹੈ ਨਾ ਬਲੱਡ ਸੈਂਪਲ ਲੈਣਾ ਸੀਗਾ ਸਾਰਾ ਪਿੰਡਾਂ ਲੱਭਦੇ ਰਹੇ ਪਿੰਡਾਂ ਉਹਦਾ ਬਿਨ ਸਿੱਟਿਆ ਸੈਂਪਲ ਨਹੀਂ ਕਿਤੋਂ ਲਿਆ ਗਿਆ ਦੋ ਤਿੰਨ ਜਣੇ ਬਦਲ ਗਏ ਇੱਥੋਂ ਲਿਆ ਇੱਥੋਂ ਨਲਾਂ 'ਚੋਂ ਸੈਂਪਲ ਲਿਆ ਉਹਦਾ ਤੇ ਆਹ ਦੇਖ ਲਓ ਕਿੰਨਾ ਕੁ ਭਾਈ ਓਦਾਂ ਇੱਕ ਗੱਲ ਆ ਜਦੋਂ ਉਹ ਸੈਂਪਲ ਲੈਂਦੇ ਰੂਹ ਜੀ ਕੰਬਦੀ ਸੀ ਹੁਣ ਨਲਾਂ 'ਚੋਂ ਸੈਂਪਲ ਲਿਆ ਬਲੱਡ ਦਾ ਹੋਰ ਕਿਤੇ ਨਾੜ ਹੀ ਨਹੀਂ ਲੱਭੀ ਉਹਨਾਂ ਨੂੰ ਕਹਿੰਦਾ ਮੈਂ ਡਾਕਟਰ ਕਹਿੰਦਾ ਮੈਂ ਬਹੁਤ ਉੱਪਰਲਾ ਡਾਕਟਰ ਆ ਕੇ ਉੱਪਰਲੇ ਡਾਕਟਰ ਨੂੰ ਕਿਤੇ ਭਲਾ ਸਾਲੀ ਨਾੜ ਹੀ ਨਾ ਲੱਭ ਹੋਊਗੀ ਕੰਮ ਉਹਦੇ ਕੰਪਿਊਟਰਾਂ ਵਾਲੇ ਆ ਚੱਲ ਛੱਡ ਕਾਤੇ ਸੋਨਾ ਯਾਰ ਗੱਲ ਮੁੱਕਦੀ ਇਹ ਆ ਮੈਂ ਹਾਂ ਇਹੀ ਹੁਣ ਚੱਲੇ ਹਾਂ ਰੋਟੀ ਰਾਟੀ ਲੈ ਕੇ ਆਉਂਦੇ ਹਾਂ ਪੈਂਚੂ ਲਈ ਬਾਕੀ ਉਹਦੇ ਹਾਲਾਤ ਦੇਖਦੇ ਹਾਂ ਸਾਰਿਆਂ ਨੂੰ ਵੀ ਨਸ਼ੇ ਵਾਲਿਆਂ ਦਾ ਹਾਲ ਬਹੁਤ ਮਾੜਾ ਆ ਉੱਥੇ ਨਸ਼ੇ ਵਾਲੇ ਐਡਮਿਟ ਆ ਯਾਰ ਆਪਣਾ ਬੰਦਾ ਤਾਂ ਚਲੋ ਛੱਡੋ ਕੁਛ ਜਿੱਦਾਂ ਵੀ ਉੱਥੇ ਨਸ਼ੇ ਵਾਲੇ ਬਹੁਤ ਮਾਵਾਂ ਬੈਠੀਆਂ ਆ ਮਾਵਾਂ ਕੋਈ ਕਲੀਆਂ ਝੱਸਣ ਡਈਆਂ ਆ ਕੋਈ ਮਾਂ ਆਪਣੇ ਪੈਰ ਦੇ ਪੈਰ ਦੀ ਤਲੀ ਝੱਸਣ ਡਈ ਕੋਈ ਹੱਥ ਦੀ ਤਲੀ ਝੱਸਣ ਡਈ ਉਹ ਚੰਗਾ ਨਹੀਂ ਲੱਗਦਾ ਦੇਖ ਕੇ ਰੂਹ ਕੰਬਦੀ ਆ ਯਾਰ ਤਰਸ ਮਾਵਾਂ ਤੇ ਆਉਂਦਾ ਜਿਹੜੇ ਵਿਚਾਰੇ ਕੀ ਕਹਿ ਸਕਦੇ ਆ ਬਾਕੀ ਹੁਣ ਯਾਰ ਜਾਈਏ ਪਿੰਡ ਤੇ ਮੁੜ ਕੇ ਆਈਏ ਤੇ ਬਲੌਗ ਸਾਡੇ ਪਿੰਡ ਨਾ ਇੱਕ ਬੰਦਾ ਆ
ਜੇ ਕਿਸੇ ਅਮਲੀ ਨੇ ਕੁਛ ਗਲਤ ਇੰਜੈਕਟ ਇੰਜੁਕਟ ਕਰਨਾ ਨਾ ਉਹਨੂੰ ਨਾੜ ਨਹੀਂ ਲੱਭਣੀ ਆਉਂਦੀ ਤਾਂ ਉਹ ਸਪੈਸ਼ਲ ਬੰਦਾ ਉਹਨੂੰ ਸੱਦ ਦੇ ਉਹਨੂੰ 100 ਰੁਪਈਆ ਦਿੰਦੇ ਉਹ ਨਾੜ ਲੱਭ ਕੇ ਦਿੰਦਾ ਆ ਫਿਰ ਉਹ ਗਲਤ ਕੰਮ ਕਰਦੇ ਆ ਹੁਣ ਉਹਦਾ ਰੇਟ 500 ਖਰੇ 300 ਤੋਂ 500 ਹੋ ਗਿਆ ਆ ਅੱਜ ਹੁਣ ਪੈਂਚਰ ਦੀ ਨਾੜ ਨੀ ਲੱਭਣ ਡਈ ਕਾਰੋਬਾਰ ਵਧੀਆ ਸ਼ੁਰੂ ਕੀਤਾ ਡਾਕਟਰਾਂ ਨੂੰ ਵੀ ਨਹੀਂ ਲੱਭਣ ਡਈ ਸੀ ਨਾੜ ਤੇ ਕੋਲ ਆ ਗਿਆ ਜਿਹੜਾ ਬੰਦਾ ਨੀ ਖੜਾ ਸੀ ਉਹੀ ਨਾੜ ਲੱਭਦਾ ਉਹ ਤਾਂ ਹੀ ਹਨ ਗੋਰਾ ਉਹ ਤਾਂ ਮੁੜ ਕੇ ਚਲੋ ਉਹਨਾਂ ਨੇ ਕੱਢ ਹੀ ਅਥਰੇ ਤਰੀਕੇ ਤੋਂ ਲਿਆ ਅਮਲੀਆਂ ਦੀ ਗੱਲ ਆ ਪੈਂਚੂ ਕਿਹੜਾ ਵਿਚਾਰਾ ਅਮਲ ਕਰਦਾ ਹੈ ਭਾਜੀ ਬਲੌਗ ਇੱਥੇ ਮੈਂ ਕਿਹਾ ਉਹ ਤਾਂ ਉਹਨਾਂ ਨੇ ਕੋਲਿਆ ਕੱਢ ਗਿਆ ਉਹ ਤਾਂ ਉਹਨਾਂ ਨੇ ਕੱਢ ਲਿਆ ਚਲੋ ਖੂਨ ਤੇ ਨਾ ਨਿਕਲਦਾ ਉਹਦਾ 300-400 ਬਣਿਆ ਸੀ ਨਹੀਂ ਲੱਭਦੀ ਤੇ ਉਹਨੂੰ ਸੱਦਦੇ ਆ ਫੋਲੜੀ ਵਾਲਾ ਕੰਟੈਕਟ ਕਰਿਓ ਜੇ ਕਿਸੇ ਨੂੰ ਨਾ ਲੱਭੂ ਜੇ ਕਿਸੇ ਹਸਪਤਾਲ ਵਾਲੇ ਨੂੰ ਵੀ ਲੋੜ ਹੈ ਨਾ ਕਿ ਨਾੜ ਨਹੀਂ ਲੱਭਦੀ ਬੰਦਾ ਰੱਖ ਲਓ ਏਦਾਂ ਉਹਨੇ ਐਂ ਟਟੋਲ ਕੇ ਨਾੜ ਲੱਭ ਦੇਣੀ ਆ ਆ ਜੀ ਇੱਥੇ ਲਓ ਪਤਾ ਨਹੀਂ ਕੀ ਟੈਲੈਂਟ ਹੈ ਵਾਕਈ ਬਾਬੇ ਮਜ਼ਾਕ ਪੈਂਚੂ ਭਾਜੀ ਤੇ ਬੜਾ ਹਸਾਇਆ ਜੋ ਨਾੜ ਨਹੀਂ ਲੱਭਦੀ ਕਹਿੰਦੇ ਇਹਦੇ ਚਪੇੜਾ ਮਾਰੋ ਬਾਂਹ ਤੇ ਪੈਂਚੂ ਪੈਂਚੂ ਦੀ ਨਾੜ ਨਾ ਲੱਭੇ ਪੈਂਚੂ ਕਹਿੰਦਾ ਬਾਬਾ ਇੱਥੇ ਮੇਰੇ ਵੱਟ ਵੱਟ ਕੇ ਚਪੇੜਾ ਮਾਰੋ ਸਾਲਾ ਆਪ ਹੀ ਦੱਸਣ ਡਿਆ ਕਿੱਦਾਂ ਨਾੜ ਲੱਭਣੀ ਖਿੱਚ ਗਏ ਉਹ ਪਹਿਲੋਂ ਤਾਂ ਇੱਕ ਤਾਂ ਰੁੱਖੀ ਜੀ ਆਈ ਸੀ ਨਰਸ ਉਹ ਤਾਂ ਬੋਲਣ ਦੀ ਅਕਲ ਹੈ ਨਹੀਂ ਜਮਾ ਉਹ ਤਾਂ ਆਉਂਦਿਆਂ ਤੇ ਰੁੱਖੀ ਜੀ ਬੋਲੀ ਫਿਰ ਉਹ ਫੇਰ ਇੱਜ਼ਤ ਮਾਨਕ ਬਣਦਾ ਜੋ ਵੀ ਹੈ ਨਾ ਚਲੋ ਛੱਡੋ ਪਰ ਗੱਲ ਇਹ ਆ ਜਦੋਂ ਹਸਪਤਾਲ ਜਾਈਏ ਆਪਾਂ ਵੀ ਦੇਖਦੇ ਹਾਂ ਨਾ ਜੇ ਆਪਾਂ ਪੇਸ਼ੈਂਟ ਪਿਆ ਆਪਣਾ ਕਿ ਮੋਰਲਾ ਬੰਦਾ ਵਧੀਆ ਬੋਲੇ ਭਾਜੀ ਉਦਾਂ ਇੱਕ ਗੱਲ ਆ ਟ੍ਰੀਟ ਕਰੇ ਕਿ ਆਪਾਂ ਨੂੰ ਲੱਗੇ ਕਿ ਹਾਂ ਵੀ ਆਪਾਂ ਕਿਤੇ ਆਏ ਹੋਏ ਆ ਜਦੋਂ ਪਹਿਲਾਂ ਮੋਰਲਾ ਬੰਦਾ ਟ੍ਰੀਟ ਹੀ ਆਪਾਂ ਨੂੰ ਇਦਾਂ ਕਰਦਾ ਬਹਿ ਜਾ ਇੱਥੇ ਨਹੀਂ ਬਹਿ ਸਕਦੇ ਇੱਥੇ ਖੜੇ ਨਹੀਂ ਕਰ ਸਕਦੇ ਭਲਾ ਫਿਰ ਐਂਡ ਤੇ ਆਣ ਕੇ ਗੱਲ ਪਤਾ ਕਿੱਥੇ ਮੁੱਕਦੀ ਆਪਣੇ ਮਤਲਬ ਨੋਰਮਲ ਆ ਭਾਈ ਬੰਦਿਆਂ 'ਚ ਲੜਾਈ ਹੋਵੇ ਹੈ ਨਾ ਨੋਰਮਲ ਗੱਲ ਹੋ ਜਾਂਦੀ ਹੈ ਉਹਨਾਂ ਦੀ ਗੱਲ ਹੋਵੇ ਜੇ ਭਾਵੇਂ ਗਲਤੀ ਵੀ ਹੈ ਨਾ ਤੁਹਾਡੇ ਘਰੇ ਮਾਂ ਭੈਣ ਹੈ ਨਹੀਂ ਤਾਂ ਫਿਰ ਅੱਗੇ ਆਪਣੇ ਵਰਗੇ ਕਹਿੰਦਾ ਮਾਂ ਭੈਣ ਤਾਂ ਹੈ ਪਰ ਤੁਹਾਡੇ ਵਰਗੀ ਹੈ ਨਹੀਂ ਚਲੋ ਯਾਰ ਮਜ਼ਾਕ ਨਾ ਮਜ਼ਾਕ ਰਿਹਾ ਪੈਂਚੂ ਦਾ ਚਲੋ ਐਡਮਿਟ ਕਰਾਤਾ ਹੁਣ ਵਾਹਿਗੁਰੂ ਸੁੱਖ ਰੱਖੇ ਕੱਲ੍ਹ ਮਤਲਬ ਪਤਾ ਲੱਗੇ ਕੀ ਪ੍ਰੋਬਲਮ ਹੈ ਨਿੱਕੀ ਮੋਟੀ ਪ੍ਰੋਬਲਮ ਹੀ ਨਿਕਲੇ ਉਹ ਤਾਂ ਸਾਰੇ ECG ਤੋਂ ਲੈ ਕੇ ਸਾਰੀਆਂ ਰਿਪੋਰਟਾਂ ਕਰਤੀਆਂ ਸੀ ਯਾਰ ਕੋਈ ਰਿਪੋਰਟ ਛੱਡੀ ਨਹੀਂ ਉਹਨਾਂ ਨੇ ਜਿਹੜੀ ਨਹੀਂ ਕੀਤੀ ਤੇ ਬਾਕੀ ਦਵਾਈਆਂ ਤੋਂ ਲੈ ਕੇ ਸਾਰਾ ਲੈਟਰ ਪਟਰੰਪ ਲੱਲਾ ਭੱਬਾ ਲੈ ਕੇ ਦੇ ਆਇਆ ਤਾਂ ਬਸ ਹੁਣ ਰੋਟੀ ਦਾ ਟਾਈਮ ਹੋਣ ਵਾਲਾ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਉਹ ਜਾ ਆਵਾਂਗੇ ਅਤੇ ਉੱਥੇ ਰਹਿਣ ਨੂੰ ਜਗ੍ਹਾ ਹੈ ਨਹੀਂ ਗੀ ਮਤਲਬ ਇੱਕ ਬੰਦਾ ਵੀ ਕੋਲ ਰਹਿ ਨਹੀਂ ਸਕਦਾ ਇਸ ਕਰਕੇ ਰਹਿ ਤਾਂ ਨਹੀਂ ਹੋਣਾ ਕਿਸੇ ਤੋਂ ਅਤੇ ਫਿਰ ਸਵੇਰੇ ਜਲਦੀ ਜਾਣਾ ਪੈਣਾ ਚਲੋ